ਅੱਜ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਇੱਕ ਵਾਰ ਫਿਰ ਤੋਂ ਫੜ ਚੁੱਕੇ ਨੇ। ਦੱਸ ਦਈਏ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਹੈਗੇ ਸੀ, ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣੀ ਪਾਰਟੀ ਬਣਾ ਲਈ ਸੀ, ਪਰ ਜਿਸ ਤੋਂ ਬਾਅਦ ਕਿ ਉਹ ਬਹੁਤੀ ਦੇਰ ਟਿਕ ਨਾ ਸਕੀ ਅਤੇ ਅੱਜ ਬ੍ਰਹਮਪੁਰਾ ਨੇ ਫਿਰ ਤੋਂ ਅਕਾਲੀ ਦਲ 'ਚ ਵਾਪਸੀ ਕਰ ਲਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਇਸ ਸ਼ਮੂਲੀਅਤ ਦੇ ਰਸਮੀ ਸਮਾਗਮ ਦੇ ਵਿੱਚ ਇਹ ਗੱਲ ਦਾ ਖੁਲਾਸਾ ਕੀਤਾ ਕਿ ਅੱਜ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ 'ਚ ਕਿਉਂ ਸ਼ਾਮਲ ਹੋਏ ਨੇ। ਉਹਨਾਂ ਨੇ ਸਾਫ਼ ਤੌਰ 'ਤੇ ਇਹ ਗੱਲ ਸਾਂਝੀ ਕੀਤੀ ਹੈ ਕਿ ਇਹ ਮੇਰੀ ਮਾਂ ਪਾਰਟੀ ਹੈ ਅਤੇ ਮੈਂ ਪਿੱਛੇ ਤੋਂ ਹੀ, ਯਾਨੀ ਕਿ ਸ਼ੁਰੂਆਤ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ। ਮੈਂ ਇੱਕ ਫੌਜੀ ਸੀ ਜੋ ਕਿ ਇੱਕ ਛੁੱਟੀ ਗਿਆ ਹੋਇਆ ਸੀ। ਇੱਦਾਂ ਸਮਝ ਲਓ ਕਿ ਅੱਜ ਮੈਂ ਆਪਣੀ ਯੂਨਿਟ ਦੇ ਵਿੱਚ ਇਹ ਫੌਜੀ ਜਵਾਨ ਦੁਬਾਰਾ ਵਾਪਸ ਆ ਚੁੱਕਿਆ ਅਤੇ ਹੁਣ ਅਸੀਂ ਤਕੜੇ ਹੋ ਕੇ ਕੰਮ ਕਰਾਂਗੇ। ਕੀ ਕਹਿਣਾ ਬ੍ਰਹਮਪੁਰਾ ਦਾ, ਆਓ ਸੁਣ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਬੈਠੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਸਾਹਿਬ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਕੈਦ ਕੱਟੀ ਹੈ ਤੇ ਮੈਨੂੰ ਫਖਰ ਇਹ ਗੱਲ ਦਾ ਦੋ ਨੰਬਰ ਤੇ ਹੁਣ ਮੈਂ ਹੀ ਹਾਂ। ਮੈਂ ਇਹਨਾਂ ਦੇ ਨਾਲ ਪਿੱਛੇ ਪੈਰ ਤੇ ਪੈਰ ਰੱਖ ਕੇ ਤੁਰਦਾ ਰਿਹਾ, ਬੜੀ ਕਿਰਪਾ ਰਹੀ ਆ। ਹਾਲਾਤ ਹੁੰਦੇ ਨੇ ਕਈ ਵਾਰ ਕਈ ਗੱਲਾਂ ਹੋ ਜਾਂਦੀਆਂ ਨੇ, ਹੋ ਗਈਆਂ, ਉਹ ਨਿਆਣੀਆਂ ਚਾਹੀਦੀਆਂ, ਆਹ ਹੋਇਆ ਸੀ, ਉਹ ਹੋਇਆ ਸੀ, ਇੱਕ ਨਵੇਂ ਸਿਰੇ ਤੋਂ ਕੇ ਨਵੀਂ ਆਪਾਂ ਸਾਰੀ ਗੱਲ ਤੋਰਨੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆਂ ਕਰਨਾ, ਘਰ ਘਰ ਜਾਣਾ, ਲੋਕਾਂ ਦੇ ਕੰਨਾਂ ਦੇ ਵਿੱਚ ਗੱਲਾਂ ਕਰਨੀਆਂ ਨੇ, ਸੁੱਤਿਆਂ ਨੂੰ ਜਗਾਉਣਾ, ਔਰ ਜਿਹੜੇ ਬੰਦੇ ਢਿੱਲੇ ਮੱਠੇ ਹੋਏ ਬਾਬਾ ਜੀ, ਔਰ ਮੈਂ ਇਹ ਬੇਨਤੀ ਵੀ ਕਰਦਾ ਵਾਂ ਕਿ ਤਕੜਿਆਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਸਾਥ ਦੇਣਾ। ਕੱਲ੍ਹ ਗੱਲ ਕੀ ਕਰ ਰਿਹਾ ਸੀ, ਭੁੱਲ ਗਿਆ ਵਿੱਚ ਹੀ, ਅਕਾਲੀ ਦਲ ਨੂੰ ਤਕੜਾ ਕਰਨਾ। ਤੋ ਬੇਨਤੀ ਇਹੋ ਹੀ ਆ ਕਿ ਤਕੜਿਆ ਗਾਉਣ ਵੀ ਆਪਾਂ ਮਿਹਨਤ ਕਰਾਂਗੇ, ਮਾਫ਼ ਕਰਦੇ ਚਿਰ ਅਰਦਾਸ ਤੇ ਆਪਾਂ ਕਰਦੇ ਹਾਂ, ਕਰਨੀ ਚਾਹੀਦੀ ਆ, ਉਹ ਸੱਚੇ ਪਾਤਸ਼ਾਹ ਨੇ ਕਰਨਾ ਜੋ ਕਰਨਾ। ਪਰ ਉਹਨੇ ਇਹ ਵੀ ਕਿਹਾ ਵੀ ਹਿੰਮਤ ਵੀ ਕਰੋ, ਇਹ ਨਹੀਂ ਵੀ ਗੱਲਾਂ ਹੀ ਕਰੋ ਤੇ ਗੱਲਾਂ ਕਰਨੀਆਂ ਗੱਡੀ ਲੰਘ ਜਾਵੇ ਤੇ ਮੁੜ ਕੇ ਫਿਰ ਕੋਈ ਆਹ ਗੱਲ ਹੈ ਤੇ ਉਹ ਗੱਲ ਹੈ। ਤਕੜਿਆ ਹੋ ਕੇ ਆਪਾਂ ਨੂੰ ਕੰਮ ਕਰਨਾ ਪਊ ਦਿਨ ਰਾਤ। ਅਸੀਂ ਜਿਵੇਂ ਮੁੰਡੇ ਖੁੱਲ੍ਹੇ ਰਹੇ ਹਾਂ ਤਾਂ ਸਾਨੂੰ ਪਤਾ ਉਦੋਂ ਸਾਈਕਲ ਤੇ ਹੁੰਦੇ ਸੀਗੇ ਜਾਂ ਘੋੜੀਆਂ ਘਾੜੀਆਂ ਦੇ ਕਰਦੇ ਰਹੇ ਹਾਂ ਅਤੇ ਬੜਾ ਕੰਮ ਵਰਕ ਕਰਦੇ ਸੀ ਅਤੇ ਗੁੱਸਾ ਨਾ ਕੋਈ ਕਰੇ ਤੇ ਅੱਜ ਹੁਣ ਕਾਲਾ ਵੀ ਆ ਗਿਆ ਅਤੇ ਫਿਰ ਵੀ ਕਈ ਵਾਰ ਢਿੱਡ ਬੈਠਾ ਜਾਂਦੀ ਹੈ। ਤਕੜਿਆ ਰਹਿਣਾ, ਸਾਰਿਆਂ ਨੇ ਤਕੜਿਆ ਹੋ ਕੇ ਕੰਮ ਕਰਨਾ ਅਤੇ ਆਪਾਂ ਇੱਕ ਨਵਾਂ ਇਨਕਲਾਬ ਲਿਆਉਣਾ। ਕੱਲ੍ਹ ਮੈਂ ਇੱਕ ਇੰਗਲਿਸ਼ ਦੀ ਅਖਬਾਰ ਸੀ ਮੈਂ ਪੜ੍ਹਦਾ ਸੰਸਦ ਦੇ ਪਤਾ ਨਹੀਂ ਕਿਹੜੀ ਸੀ ਸੀਗਾ ਅਤੇ ਉਹਦੇ 'ਤੇ ਲਿਖਿਆ ਸੀ ਵੀ ਪਹਿਲਾਂ ਉਹ ਜਿਹੜੇ ਬੱਦਲ ਸੀ ਉਹ ਹੱਠੇ ਲੱਗਦੇ ਆ ਅਤੇ ਮੌਸਮ ਜਿਹੜਾ ਸਾਫ਼ ਹੁੰਦਾ ਲੱਗਾ ਰਿਹਾ, ਉਹਨਾਂ ਦਾ ਭਾਵ ਇਹ ਹੋ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਵੱਧ ਫੁੱਲ ਰਿਹਾ ਵਾ ਅਤੇ ਉਹਦੀ ਸ਼ਕਤੀ ਜਿਹੜੀ ਹੈ ਲੋਕਾਂ ਦੇ ਅੰਦਰ ਵੱਧ ਫੁੱਲ ਰਹੀ ਹੈ। ਸੋ ਇਹ ਕਰਕੇ ਆਪਾਂ ਸਾਰਿਆਂ ਨੇ ਮਿਹਨਤ ਕਰਨੀ ਹੈ, ਇਹਦੇ ਨਾਲ ਹੀ ਆਪਾਂ ਵੱਧ ਫੁੱਲ ਸਕਦੇ। ਜੇ ਘਰ ਸੁੱਤੇ ਰਹਾਂਗੇ ਤਾਂ ਫਿਰ ਕੋਈ ਉਹਦਾ ਫਾਇਦਾ ਨਹੀਂ, ਆਪਾਂ ਨੁਕਸਾਨ ਹੋਣਾ। ਸੋ ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ ਦਾ। ਇਹ ਢਿੱਲੇ ਮੱਠੇ ਵੀ ਕਈ ਵਾਰ ਹੋ ਜਾਂਦੇ ਨੇ ਪਰ ਮੇਰਾ ਖਿਆਲ ਇਹ ਵੀ ਸਾਡੇ ਸਾਰਿਆਂ ਨਾਲ ਤਕੜੇ ਹੋ ਗਏ ਹਾਂ ਅਤੇ ਪਏ ਪੁਰਾਣੇ ਜ਼ਮਾਨੇ ਦਾ ਸੀ ਉਹਦੇ 'ਤੇ ਬਾਈ ਬਾਈ ਘੰਟੇ ਵੀਹ ਘੰਟੇ ਵੀ ਅਸੀਂ ਕਈ ਵਾਰ ਸਾਹ ਲੈ ਕੇ ਵੀ ਨਾਲ ਸੋਚਦੇ ਹਾਂ ਫਿਰ ਵੀ ਨਾਲ ਨਹੀਂ ਮਿਲਿਆ ਜਾਂਦਾ। ਸੋ ਹੁਣ ਸਾਰੀ ਗੱਲ ਤੁਸੀਂ ਸਮਝ ਲਈ ਆ ਅਤੇ ਆਪਾਂ ਹੁਣ ਅੱਜ ਤੋਂ ਹੀ ਜੇ ਕੋਈ ਲੇਟ ਵੀ ਹੈ ਤਾਂ ਲੇਟ ਕੱਢ ਦਿੰਦੇ ਹਾਂ ਕਰਨੇ ਹੋ ਗਏ ਸਾਰੇ ਨੇ ਇਹ ਸਾਰੇ ਕੰਮ ਹੋ ਗਿਆ ਉਹ ਆਪਾਂ ਕਰਨੇ ਹਾਂ। ਨਿੱਕੇ ਨਿੱਕੀਆਂ ਗੱਲਾਂ 'ਚ ਵੀ ਪੈਣੀਆਂ ਵੱਡੀਆਂ ਗੱਲਾਂ ਕਰਨੇ ਹਾਂ, ਵੱਡੀਆਂ ਲਕੀਰਾਂ ਖਿੱਚੋ ਅਤੇ ਸਵਾਦ ਆਉਂਦਾ ਅਤੇ ਜੇ ਨਿੱਕੀ ਜਿਹੀ ਲਕੀਰ ਕਰ ਕੇ ਤੇ ਤੁਹਾਨੂੰ ਆਪਦੀ ਲਕੀਰ ਨੂੰ ਆਪਦੇ ਪੈਰ ਮਾਰ ਕੇ ਢਾ ਲਓ ਅਤੇ ਉਹਦਾ ਕੋਈ ਫਾਇਦਾ ਨਹੀਂ ਹੋਗਾ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਦਾ, ਇਹਨਾਂ ਨੇ ਚਰਨ ਪਾਏ ਨੇ ਸਰਦਾਰ ਬਾਦਲ ਸਾਹਿਬ ਹੋਰਾਂ ਦਾ। ਲਵ ਜੀ ਨਹੀਂ ਮੇਰੇ ਕੋਲ ਤੇ ਲਵ ਜੀ ਨਹੀਂ ਮੇਰੇ ਕੋਲ ਕਿ ਮੈਂ ਹੁਣ ਬਾਦਲ ਸਾਹਿਬ ਹੋਰਾਂ ਨੂੰ ਕੀ ਕਹਾਂ। ਇਹ ਇੰਨੀ ਜ਼ਿੰਦਗੀ ਦੇ ਵਿੱਚ ਇਕੱਠੇ ਰਹੇ, ਇਕੱਠੇ ਬਹਿ ਕੇ ਰੋਟੀ ਖਾਂਦੇ, ਇਕੱਠੇ ਪ੍ਰਸ਼ਾਦਾ ਸੁਣਦੇ ਪੀਂਦੇ ਰਹੇ, ਕਿੱਥੇ ਜ਼ਿੰਦਗੀ ਦੇ ਸਫ਼ਰ ਦੇਖੋ 40 ਸਨ 60 ਤੋਂ
ਰਾਜਨੀਤੀ 'ਚ ਪਹਿਲੀ ਕੈਦ ਮੈਂ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਕੱਟੀ, ਜਦੋਂ ਚੀਫ ਮਿਨਿਸਟਰ ਸਾਡੇ ਅੱਗੇ, ਉਦੋਂ ਹੀ ਮੈਂ ਪੰਗਾ ਆਇਆ, ਉਹਨੇ ਮੇਰੇ ਕੋਲ ਲਿਆ ਗਿਆ ਅਤੇ ਉਹਨੇ ਮੈਨੂੰ ਜੇਲ੍ਹ 'ਚ ਹੀ ਰੱਖਿਆ ਜਿੰਨਾ ਚਿਰ ਰਿਹਾ। ਮੈਂ ਕਿਤੇ ਨਾ ਕਿਤੇ ਗਲਤੀਆਂ ਤਾਂ ਕਰ ਜਾਂਦਾ ਕਿ ਚਲੋ ਫਿਰ ਮੇਰੇ ਸਾਥੀ ਭੈਣ ਭਰਾ ਦੂਰੇ ਧੀਰੇ ਹੋ ਜਾਂਦਾ, ਆਪੋ ਆਪਣੇ ਸੁਭਾਅ ਆਉਂਦੇ ਆ, ਅਤੇ ਪਰ ਮੈਂ ਕੋਈ ਕਦੀ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ ਸਰ, ਮੈਂ ਕਈ ਵਾਰ ਕੋਈ ਨਹੀਂ। ਸੋ ਇਸ ਕਰਕੇ ਜੇ ਪੀੜ੍ਹੀਆਂ ਕੋਈ ਗਲਤੀ ਗੁਲਤੀ ਵੀ ਹੋਣੀ, ਭਰਾ ਜਿਹੜੇ ਆਇਆ ਘੂੰਗਟ ਸਾਹਿਬ ਹੋਈ, ਮੋਦੀ ਨਾਲ ਸਾਥੀ ਚੰਦੂ ਰਾਜਾ ਸਾਹਿਬ ਸਾਰੇ ਸਾਰੇ ਆਏ ਆ, ਆਪਣੇ ਦੌਰ ਜਿੰਨੀ ਗੱਲ ਕਰਨੀ ਆ ਉਹ ਮੈਂ ਉਨੀ ਗੱਲ ਕਰਦੇ ਆ, ਮੈਂ ਇਹ ਕੰਮ ਜਿਹੜਾ ਇਹਨਾਂ ਦਾ ਇਹਨਾਂ ਨੇ ਕਰਨਾ, ਜਿਹੜਾ ਮੇਰਾ ਮੈਂ ਕਰਨਾ। ਸੋ ਇਸ ਕਰਕੇ ਇਹ ਕਰਨਾ ਪਰ ਸਾਰੇ ਨੇ ਰਲ ਮਿਲ ਕੇ ਇਕੱਠੇ ਹੋ ਕੇ ਕਰਨਾ।